ਇਹ ਸਾਰਾ ਕੁਝ ਨਾਮ ਦੇ ਆਸਰੇ ਖੜਾ ਜੋ ਕੁਝ ਸਾਨੂੰ ਨਜ਼ਰ ਆ ਰਿਹਾ ਨਾਮ ਹੈ ਵਾਹਿਗੁਰੂ ਦੀ ਹੋਂਦ ਜਿਹਦੇ ਆਸਰੇ ਸਾਰਾ ਕੁਝ ਖੜਾ ਸਿੱਖ ਉਸ ਨਾਮ ਨੂੰ ਕਹਿੰਦੇ ਨੇ ਵਾਹਿਗੁਰੂ ਗੁਣ ਹਿੰਦੂ ਕਹਿੰਦੇ ਨੇ ਰਾਮ ਮੁਸਲਮਾਨ ਕਹਿੰਦੇ ਨੇ ਅੱਲਾ ਖੁਦਾ ਨਾਮ ਹੈ ਅਸਲ ਵਿੱਚ ਰੱਬ ਦੀ ਹੋਂਦ ਹੋਂਦ ਨੂੰ ਮਨ ਮੰਨੇ ਜੀਭ ਤੋਂ ਅਸੀਂ ਜਿਹੜੇ ਮਰਜ਼ੀ ਧਰਮ ਵਿੱਚ ਹੋਈਏ ਅਸੀਂ ਉਦਾਂ ਦਾ ਨਾਮ ਦਈਏ ਵੀ ਵਾਹਿਗੁਰੂ ਕਹਿ ਲਓ ਜੋ ਮਰਜ਼ੀ ਜਿਹੜੇ ਧਰਮ 'ਚ ਜੰਮੇ ਆਪਾਂ ਉਦਾਂ ਦਾ ਜਿਹੜਾ ਸਾਨੂੰ ਮਿਲਿਆ ਅਸੀਂ ਉਸ ਤਰੀਕੇ ਸਿਰ ਨਾਮ ਪਰ ਮਨ ਹੋਂਦ ਨੂੰ ਮੰਨੇ ਜਿਹੜੇ ਬੰਦੇ ਦਾ ਮਨ ਵਾਹਿਗੁਰੂ ਦੀ ਹੋਂਦ ਨੂੰ ਨਹੀਂ ਮੰਨਦਾ ਉਹ ਜੀਭ ਤੋਂ ਵਾਹਿਗੁਰੂ ਕਹੀ ਜਾਵੇ ਉਹ ਕੋਈ ਨਾਮ ਨਾਲ ਨਹੀਂ ਜੁੜਿਆ ਨਾਮ ਨਾਲ ਜੁੜਨਾ ਹੈ ਮਨ ਵਾਹਿਗੁਰੂ ਦੀ ਹੋਂਦ ਨੂੰ ਮੰਨੇ ਪਰ ਹੁਣ ਕੰਮ ਹੋ ਗਿਆ ਉਲਟਾ ਉਲਟਾ ਕਿਵੇਂ ਹੋ ਗਿਆ ਬਸ ਆਪਣੇ ਆਪ ਨੂੰ ਸਭ ਕੁਝ ਸਮਝਦੇ ਹਾਂ ਹਾਂ ਮੈਂ ਇਹਦਾ ਕੀ ਮਤਲਬ ਹੋਇਆ ਹਾਂ ਮੈਂ ਦਾ ਮੈਂ ਹੀ ਮੈਂ ਦੋ ਵਾਰੀ ਮੈਂ ਆ ਗਿਆ ਹਾਂ ਮੈਂ ਵੀ ਮੈਂ ਹੀ ਮੈਂ ਹਾਂ ਰੱਬ ਤੇ ਕੋਈ ਚੀਜ਼ ਹੈ ਹੀ ਨਹੀਂ ਇਹਨੂੰ ਕੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ ਮੰਨੈ ਨਾਹੀ ਨਾਉ ਜਿਹੜੇ ਬੰਦੇ ਦਾ ਮਨ ਰੱਬ ਨੂੰ ਨਹੀਂ ਮੰਨਦਾ ਨਾਮ ਨੂੰ ਮਤਲਬ ਆਪਣੀ ਹੋਂਦ ਨੂੰ ਨਹੀਂ ਮੰਨਦਾ ਉਹ ਮੂਰਖਾਂ ਸਿਰ ਮੂਰਖ ਹੀ ਹੈ ਹੁਣ ਵੇਖੋ ਨਾ ਧਿਆਨ ਨਾਲ ਸਮਝਿਓ ਹੁਣ ਕੀ ਮੰਨਦੇ ਆ ਜਿਵੇਂ ਮੈਂ ਆ ਮੈਂ ਆਪਣਾ ਨਾਮ ਲਵਾਂ ਵੀ ਮੇਰਾ ਨਾਂ ਰਣਜੀਤ ਸਿੰਘ ਹੈ ਮੈਂ ਆ ਜਿੱਦਾਂ ਤੁਸੀਂ ਆਪਣੇ ਆਪ ਨੂੰ ਸੋਚੋ ਸਾਰੇ ਵੀ ਮੇਰਾ ਨਾਂ ਹੈ ਮੈਂ ਆ ਵੱਖਰੀ ਹਸਤੀ ਹੈ ਇੱਕ ਪਾਸੇ ਇਹ ਵੇਖਣਾ ਵੀ ਮੈਂ ਕੀ ਚੀਜ਼ ਆ ਨਾਂ ਤੇ ਮਾਂ ਪਿਓ ਨੇ ਦਿੱਤਾ ਮਾਂ ਪਿਓ ਨੇ ਨਾਂ ਰੱਖ ਲਿਆ ਪਰ ਅਸਲ ਵਿੱਚ ਹੈ ਕਿ ਜਿਹਦੇ ਆਸਰੇ ਮੇਰਾ ਦਿਲ ਧੜਕਦਾ ਹੈ ਦਿਲ ਧੜਕ ਰਿਹਾ ਬਲੱਡ ਸਰਕੂਲੇਸ਼ਨ ਚੱਲਦਾ ਹੈ ਬ੍ਰੇਨ ਐਕਟਿਵ ਹੋ ਰਿਹਾ ਮੇਰੇ ਹੱਥ ਪੈਰ ਹਿੱਲਦੇ ਨੇ ਅਸਲ ਵਿੱਚ ਉਹ ਹੈ ਮੈਂ ਤੇ ਕੁਛ ਵੀ ਨਹੀਂ ਇਹ ਹੈ ਆਪਣੀ ਹੋਂਦ ਨਾਲ ਜੁੜਨਾ ਨਾਮ ਨਾਮ ਨਾਲ ਜੁੜਨਾ ਇਹ ਨਾਮ ਧਿਆਨ ਨਾਲ ਗੱਲ ਪਕੜਿਓ ਨੌਜਵਾਨ ਵੀਰੋ ਸਮਝ ਸਕਦੇ ਹੋ ਪੜ੍ਹੇ ਲਿਖੇ ਹੋ ਗੱਲ ਪਕੜ ਜਾ ਰਹੀ ਹੈ ਵੇਖਿਓ ਹੁਣ ਹੋ ਕੀ ਗਿਆ ਹੈ ਵੀ ਜਿਵੇਂ ਬੂੰਦ ਸਾਗਰ ਦਾ ਰੂਪ ਹੈ ਪਰ ਬੂੰਦ ਹੈ ਜਿਹੜੀ ਉਹ ਸਾਗਰ ਨੂੰ ਨਹੀਂ ਮੰਨ ਰਹੀ ਉਹ ਕਹਿੰਦੀ ਹੈ ਮੈਂ ਹੀ ਹਾਂ ਸਾਗਰ ਤੇ ਹੈ ਇਸੇ ਤਰ੍ਹਾਂ ਸੂਰਜ ਵਿੱਚੋਂ ਕਿਰਨ ਨਿਕਲਦੀ ਹੈ ਕਿਰਨ ਆਪਣੇ ਆਪ ਨੂੰ ਮੰਨ ਰਹੀ ਹੈ ਸੂਰਜ ਨੂੰ ਮੰਨ ਨਹੀਂ ਰਹੀ ਕਹਿੰਦੀ ਸੂਰਜ ਤੇ ਹੈ ਹੀ ਨਹੀਂ ਫਲ ਦਰਖਤ ਨਾਲ ਲੱਗਿਆ ਫਲ ਕਹਿੰਦਾ ਮੈਂ ਹੀ ਹਾਂ ਦਰਖਤ ਤੇ ਹੈ ਹੀ ਨਹੀਂ ਬਿਲਕੁਲ ਇਸੇ ਤਰ੍ਹਾਂ ਹੀ ਹੋ ਗਿਆ ਫਿਰ ਆਪਾਂ ਕੀ ਕਹਾਂਗੇ ਹੈ ਮੂਰਖ ਮੂਰਖਾਂ ਸਿਰ ਮੂਰਖ ਵੀ ਫਲ ਜਿਹੜੇ ਦਰਖਤ ਦੇ ਆਸਰੇ ਖੜਾ ਹੈ ਹੈ ਕਮਲਾ ਉਹਨੂੰ ਹੀ ਨਹੀਂ ਮੰਨਦਾ ਆਪਣੇ ਆਪ ਨੂੰ ਹੀ ਮੰਨੀ ਜਾਂਦਾ ਵੀ ਮੈਂ ਹੀ ਹਾਂ ਬਸ ਸੇਮ ਗੱਲ ਐਗਜ਼ੈਂਪਲ ਹੋ ਗਈ ਨਾ ਗੱਲ ਸਮਝ ਆ ਗਈ ਇਹਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਵੀ ਮੂਰਖਾਂ ਸਿਰ ਮੂਰਖ ਹੈ ਸਿਰੇ ਦਾ ਪਸ਼ੂ ਹੈ ਸਿਰੇ ਦਾ ਮੂਰਖ ਬੰਦਾ ਹੈ ਕਿਉਂ ਮੰਨੈ ਨਾਹੀ ਹੋਂਦ ਨੂੰ ਨਹੀਂ ਮੰਨਦਾ ਆਪਣੇ ਆਪ ਨੂੰ ਹੀ ਮੰਨੀ ਜਾਂਦਾ ਵੀ ਮੈਂ ਆਪਣੀ ਹੋਂਦ ਨੂੰ ਮੰਨ ਜਿਹਦੇ ਆਸਰੇ ਖੜਾ ਹੈ ਤੂੰ ਕਿਹਦੇ ਸਹਾਰੇ ਹੈ ਤੇਰਾ ਬ੍ਰੇਨ ਐਕਟਿਵ ਕਿਹਦੇ ਸਹਾਰੇ ਹੈ ਤੇਰਾ ਦਿਲ ਕਿਹਦੇ ਸਹਾਰੇ ਧੜਕਦਾ ਹੈ ਉਹ ਜਿਹੜੀ ਹਸਤੀ ਹੈ ਉਹਨੂੰ ਨਾਮ ਕਹਿੰਦੇ ਨੇ ਉਹਨੂੰ ਪਰਮਾਤਮਾ ਕਹਿੰਦੇ ਨੇ ਉਹ ਰੱਬ ਹੈ ਤੇ ਤੂੰ ਸਾਰਾ ਆਪਾਂ ਕੀ ਕਰਨੇ ਆ ਆਪਾਂ ਕਹਿੰਦੇ ਆ ਮੈਂ ਆ ਅੱਛਾ ਇਹ ਜਿਹੜੀ ਮੈਂ ਹੈ ਹਮ ਹੈ ਇਹ ਵੱਡੀ ਹੋਈ ਜਾਂਦੀ ਹੈ ਰੱਬ ਦੀ ਹੋਂਦ ਛੋਟੀ ਹੋਈ ਜਾਂਦੀ ਹੈ ਨਾਮ ਛੋਟਾ ਹੋਈ ਜਾਂਦਾ ਜਿੱਦਣ ਆਪਾਂ ਇਹ ਮੰਨਣ ਲੱਗ ਗਏ ਵੀ ਉਹ ਹੈ ਉਦਣ ਹਉਮੈ ਫਿਰ ਆਪੇ ਘਟੀ ਤੁਰੀ ਜਾਣੀ ਹੁਣ ਸਮਝ ਆਏਗੀ ਨਾ ਹਉਮੈ ਨਾਵੈ ਨਾਲ ਵਿਰੋਧ ਹੈ ਇਹਨਾਂ ਦਾ ਵਿਰੋਧ ਹੈ ਦੋਵੇਂ ਚੀਜ਼ਾਂ ਦਾ ਨਾਮ ਦਾ ਤੇ ਹਉਮੈ ਦਾ ਜਾਂ ਤੇ ਤੂੰ ਆਪ ਹੀ ਵੱਡਾ ਹੋ ਜਾ ਜਾਂ ਫਿਰ ਉਹਨੂੰ ਮੰਨ ਲੈ ਆਪ ਛੋਟਾ ਹੋ ਜਾ ਇੱਕ ਹੀ ਹੋ ਸਕਦਾ ਅੱਛਾ ਹੁਣ ਧਿਆਨ 'ਚ ਗੱਲ ਲਿਆਇਓ ਇਹ ਜਿੰਨੇ ਪਵਾੜੇ ਪਏ ਨੇ ਇਹ ਹੋਂ ਦੇ ਪਏ ਜਿਹਦੀ ਹੋਂ ਛੋਟੀ ਹੋ ਗਈ ਉਹ ਨਹੀਂ ਕਹਿੰਦਾ ਵੀ ਪੁੱਤ ਹੋਵੇ ਉਹ ਕਹਿੰਦਾ ਹੈ ਤਾਂ ਵੀ ਕੋਈ ਨਹੀਂ ਨਹੀਂ ਹੈ ਤਾਂ ਵੀ ਕੋਈ ਹੋਂ ਦੇ ਪਵਾੜੇ ਨੇ ਸਾਰੇ ਨਾਮ ਦੇ ਵੀ ਮੇਰਾ ਨਾਮ ਰਵੇ ਮੇਰੀ ਹੋਮ ਹੈ ਮੇਰੀ ਹੋਮ ਹੈ
ਇਹ ਹੰਕਾਰ ਹੈ ਬੰਦੇ ਨੂੰ ਹੋਮੇ ਇਹ ਸਾਰੇ ਦੇ ਸਾਰੇ ਪੁਆੜੇ ਕਿੰਨੇ ਪਾਏ ਨੇ ਵੱਖਰੀ ਹਸਤੀ ਬੰਨ ਕਰਕੇ ਧਿਆਨ 'ਚ ਰੱਖਿਓ ਜੇ ਬੰਦਾ ਇਹ ਛੱਡ ਦਵੇ ਵੱਖਰੀ ਹਸਤੀ ਆਪਣੀ ਮੰਨਣੀ ਛੱਡੇ ਗੁਰੂ ਸਾਹਿਬ ਅੱਛਾ ਇਹ ਖੇਡ ਨਹੀਂ ਬਈ ਹੋਮੇ ਦੀਰਘ ਰੋਗ ਹੈ ਇਹ ਕਹਿੰਦੇ ਬੜੀ ਭੈੜੀ ਬਿਮਾਰੀ ਹੈ ਮਹਾਰਾਜ ਕਹਿੰਦੇ ਹੋਮੇ ਤਾਂ ਸਭ ਤੋਂ ਖਤਰਨਾਕ ਰੋਗ ਹੈ ਹੋਮੇ ਸਭ ਤੋਂ ਭੈੜਾ ਰੋਗ ਹੈ ਹੋਮੇ ਦੀਰਘ ਰੋਗ ਹੈ ਆਪਣੀ ਅਡਰੀ ਹਸਤੀ ਮੰਨਣੀ ਖਤਰਨਾਕ ਰੋਗ ਹੈ ਪਰ ਲਾ ਇਲਾਜ ਨਹੀਂ ਦਾਰੂ ਪੀ ਇਸਮਾ ਹੈ ਇਹਦਾ ਅਰਥ ਕੀ ਬਣਦਾ ਹੈ ਵੀ ਇਹ ਰੋਗ ਤੇ ਖਤਰਨਾਕ ਹੈ ਪਰ ਲਾ ਇਲਾਜ ਨਹੀਂ ਇਹ ਨਹੀਂ ਵੀ ਤਾਂ ਇਲਾਜ ਹੀ ਕੋਈ ਨਹੀਂ ਹੈ ਮਾੜਾ ਹੈ ਪਰ ਲਾ ਇਲਾਜ ਨਹੀਂ ਹੋਮੇ ਦੀਰਘ ਰੋਗ ਹੈ ਦਾਰੂ ਪੀ ਇਸਮਾ ਹੈ ਮਹਾਰਾਜ ਫਿਰ ਅਗਲੀ ਪੰਕਤੀ 'ਚ ਦੱਸਦੇ ਨੇ ਇਹਦਾ ਇਲਾਜ ਕਿਰਪਾ ਕਰੇ ਬੋਲਦਿਆ ਕਰੋ ਜਿਹਨਾਂ ਨੂੰ ਯਾਦ ਹੈ ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਸ਼ਬਦ ਨਾਲ ਇਹ ਝੁਕਦਾ ਸ਼ਬਦ ਨਾਲ ਹੰਕਾਰ ਘਟਦਾ ਗਿਆਨ ਦਾ ਥੌੜਾ ਵੱਜਦਾ ਨਾ ਜਦੋਂ ਆਹਰਣ ਮਤ ਵੇਦ ਵੇਦ ਹਥਿਆਰ ਇਹ ਜਿਹੜਾ ਵੇਦ ਦਾ ਮਤਲਬ ਹੈ ਧਾਰਮਿਕ ਗ੍ਰੰਥ ਵੇਦ ਦਾ ਅਰਥ ਹੈ ਗਿਆਨ ਵੇਦ ਗਿਆਨ ਜਦੋਂ ਗਿਆਨ ਦਾ ਥੌੜਾ ਵੱਜਦਾ ਹੈ ਫਿਰ ਇਹ ਹੋਮੇ ਜਿਹੜੀ ਹੈ ਨੀਵੀਂ ਹੁੰਦੀ ਹੈ ਧਿਆਨ 'ਚ ਰੱਖਿਓ ਇਹ ਬਾੜੇ ਦੀ ਜਿਹੜੀ ਜੜ ਹੈ ਇਹ ਹੰਕਾਰ ਹੈ ਬੰਦਾ ਆਪਣੀ ਹੋਂ ਲਈ ਕਰਦਾ ਸਾਰਾ ਕੁਛ ਮੇਰੇ ਪੁੱਤ ਨਹੀਂ ਮੇਰਾ ਨਾਮ ਨਹੀਂ ਰਹਿਣਾ ਠੀਕ ਹੈ ਜੀ ਜਿਹੜੇ ਬੰਦੇ ਨੂੰ ਰੱਬ ਦਾ ਨਾਮ ਮਿਲ ਗਿਆ ਉਹਦੀ ਆਪਣੀ ਹਸਤੀ ਦਾ ਫਿਕਰ ਨਹੀਂ ਰਹਿੰਦਾ ਤੇ ਅੱਛਾ ਧਿਆਨ 'ਚ ਰੱਖਿਓ ਜਿਹੜੇ ਬੰਦੇ ਦਾ ਹੰਕਾਰ ਹੀ ਨਹੀਂ ਜਿਹਨੂੰ ਉਹਨੂੰ ਚਿੰਤਾ ਵੀ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਹੰਕਾਰ ਨਿਬੜ ਗਿਆ ਇਹਦਾ ਪਤਾ ਕਿਵੇਂ ਲੱਗਦਾ ਵੀ ਬੰਦੇ 'ਚੋਂ ਹੰਕਾਰ ਖਤਮ ਹੋ ਗਿਆ ਇਹਦਾ ਕੋਈ ਪਤਾ ਲੱਗਦਾ ਵੀ ਬਿਮਾਰੀ ਨਿਕਲ ਗਈ ਬਿਮਾਰੀ ਨਿਕਲੀ ਦਾ ਪਤਾ ਲੱਗਦਾ ਕਹਿੰਦੇ ਹਾਂ ਲੱਗਦਾ ਹੈ ਚਿੰਤਾ ਜਾਏ ਮਿਟੇ ਹੰਕਾਰ ਜਿਹਦੀ ਚਿੰਤਾ ਨਹੀਂ ਇਹਦਾ ਮਤਲਬ ਇਹ ਹੰਕਾਰ ਨਹੀਂ ਕਰਦਾ ਹੰਕਾਰੀ ਨੂੰ ਚਿੰਤਾ ਹੈ ਡਾਊਨ ਨਾ ਹੋ ਜਾ ਮੇਰੇ ਹੰਕਾਰ ਨੂੰ ਸੱਟ ਨਾ ਵੱਜੇ ਚਿੰਤਤ ਕੌਣ ਰਹਿੰਦੇ ਨੇ ਹੰਕਾਰੀ ਜਿਹੜੇ ਇਹਨਾਂ ਦੇ ਅੰਦਰ ਹੰਕਾਰ ਨਹੀਂ ਹੋਮੇ ਦਾ ਰੋਗ ਘਟ ਗਿਆ ਜਿਨ੍ਹਾਂ ਦਾ ਗੁਰ ਕਾ ਸ਼ਬਦ ਕਮਾਹੇ ਸਤਿਗੁਰਾਂ ਦਾ ਸ਼ਬਦ ਗਿਆਨ ਲੈਂਦੇ ਨੇ ਸਤਿਗੁਰਾਂ ਦੇ ਅਸਲੀ ਦਰਸ਼ਨ ਕਰਦੇ ਨੇ ਜਿਹੜੇ ਸੁਣਦੇ ਹੀ ਰਹਿੰਦੇ ਹੋ ਦੀਵਾਨ ਵੀ ਧਰਮ ਜਗਤ ਵਿੱਚ ਭਾਈ ਧਰਮ ਜਗਤ ਵਿੱਚ ਐਦਾਂ ਮੂੰਹ ਮੱਥਾ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਧਰਮ ਜਗਤ ਵਿੱਚ ਇਹ ਆਪਾਂ ਦੁਨੀਆਂ 'ਚ ਕਹਿੰਦੇ ਹਾਂ ਵੀ ਫਲਾਣੇ ਦੇ ਦਰਸ਼ਨ ਹੋ ਗਏ ਇਹ ਤੇ ਦੁਨੀਆਂ ਦੀ ਬੋਲੀ ਹੈ ਧਰਮ ਜਗਤ ਵਿੱਚ ਮੂੰਹ ਮੱਥਾ ਸਰੀਰ ਨੂੰ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਧਰਮ ਜਗਤ 'ਚ ਧਰਮ ਜਗਤ ਵਿੱਚ ਦਰਸ਼ਨ ਕਿਹਨੂੰ ਕਹਿੰਦੇ ਨੇ ਧਰਮ ਜਗਤ ਵਿੱਚ ਸੁਰਤ ਦਰਸ਼ਨ ਕਰਦੀ ਹੈ ਸ਼ਬਦ ਦੇ ਵਿਚਾਰ ਦੇ ਧਰਮ ਜਗਤ ਵਿੱਚ ਗੁਰੂ ਦੇ ਦਰਸ਼ਨ ਸੁਣ ਕੇ ਹੁੰਦੇ ਨੇ ਅੱਖਾਂ ਨਾਲ ਨਹੀਂ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਬੜਾ ਵੱਡਾ ਭੁਲੇਖਾ ਹੈ ਭਾਈ ਇਹ ਵੱਡਾ ਭੁਲੇਖਾ ਹੈ ਸਾਡੇ ਮਨਾਂ ਦਾ ਜਿਹੜਾ ਬੰਦਾ ਧਰਮ ਜਗਤ ਦੀ ਬੋਲੀ ਸਮਝ ਲਵੇ ਧਰਮ ਜਗਤ ਦੀ ਬੋਲੀ ਕਿਹੜੀ ਹੈ ਗੁਰਬਾਣੀ ਜਦੋਂ ਸਾਨੂੰ ਧਰਮ ਦੀ ਬੋਲੀ ਭਾਸ਼ਾ ਸਮਝ ਆਵੇਗੀ ਗੱਲ ਸਾਰੀ ਮਨ ਦੀ ਚੱਲਦੀ ਹੈ ਫਿਰ ਮਨ ਦਰਸ਼ਨ ਗਿਆਨ ਦੇ ਕਰਦਾ ਹੈ ਮਨ ਵਿਚਾਰਾਂ ਦਾ ਸੰਗ੍ਰਹਿ ਹੁੰਦਾ ਹੈ ਸੰਕਲਪਾਂ ਵਿਕਲਪਾਂ ਦੇ ਪੁਤਲੇ ਨੂੰ ਇਹਨੂੰ ਮਨ ਕਹਿੰਦੇ ਨੇ ਕਦੇ ਸੰਕਲਪ ਪੈਦਾ ਹੁੰਦਾ ਹੈ ਕਦੇ ਵਿਕਲਪ ਪੈਦਾ ਹੁੰਦਾ ਹੈ ਇਹਨੂੰ ਕਹਿੰਦੇ ਨੇ ਮਨ ਹੁਣ ਜਿਹੜਾ ਮਨ ਨੇ ਦਰਸ਼ਨ ਕਰਨੇ ਨੇ ਇਹ ਮੂੰਹ ਮੱਥੇ ਚਮੜੀ ਨੂੰ ਹੱਥਾਂ ਪੈਰਾਂ ਨੂੰ ਵੇਖ ਕੇ ਨਹੀਂ ਬਦਲਦਾ ਇਹ ਤੇ ਸੁਣ ਕੇ ਬਦਲਦਾ ਕਿਉਂਕਿ ਵਿਚਾਰ ਨੇ ਤੇ ਵਿਚਾਰ ਹੀ ਇਹਨੂੰ ਬਦਲਦੇ ਨੇ ਆਖੋ ਸਤਨਾਮ ਹੱਡ ਚੰਮ ਤੇ ਇਹਨੇ ਨਹੀਂ ਬਦਲਣਾ ਚਮੜੀ ਨੂੰ ਚਮੜੀ ਇਹ ਨਹੀਂ ਇਹ ਤੇ ਅੰਦਰ ਦੀ ਗੱਲ ਹੈ ਵਿਚਾਰਾਂ ਨੂੰ ਵਿਚਾਰ ਹੀ ਬਦਲਣਗੇ ਇਸ ਕਰਕੇ ਧਰਮ ਜਗਤ ਵਿੱਚ ਗੁਰੂ ਹੈ ਜਿਹੜਾ ਇਹ ਵੇਖਣ ਦਾ ਵਿਸ਼ਾ ਹੀ ਨਹੀਂ ਸੁਣਨ ਦਾ ਵਿਸ਼ਾ ਹੈ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਤੇ ਜਿਨ੍ਹਾਂ ਨੇ ਗੁਰੂ ਨੂੰ ਸੁਣ ਲਿਆ ਉਹਨਾਂ ਨੇ ਵੇਖ ਲਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੁਣ ਲਿਆ ਤੇ ਵੇਖ ਲਿਆ ਸੇ ਫਿਰ ਗਰਭਾਸਨਾ ਭਰਿਆ ਰਿਹਾ ਉਹਦਾ ਭਲਾ ਹੋ ਗਿਆ ਭੁਲੇਖਾ ਖਾ ਗਿਆ ਨਾ ਫਿਰ ਆਪਾਂ ਸਿੱਖ ਭੁਲੇਖਾ ਕਿੱਥੇ ਖਾ ਗਿਆ ਆਪਾਂ ਵੀਰੋ ਭਰਾਵੋ
ਆਪਾਂ ਭੁਲੇਖਾ ਕਿੱਥੇ ਖਾਧਾ? ਆਪਾਂ ਭੁਲੇਖਾ ਕੀ ਖਾ ਲਿਆ? ਆਪਾਂ ਐਦਾਂ ਆਏ, ਰਮਾਲਿਆਂ ਨੂੰ ਵੇਖਿਆ, ਚੌਰ ਸਾਹਿਬ ਹੁੰਦਾ ਵੇਖਿਆ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਏਦਾਂ ਹੀ ਘਰਾਂ ਨੂੰ ਮੁੜ ਗਏ। ਗੁਰਦੁਆਰੇ ਦਰਸ਼ਨ ਕਰ ਆਇਆ, ਬਸ ਮੱਥਾ ਟੇਕ ਆਇਆ। ਦਰਸ਼ਨ ਹੋਣੇ ਸੀ ਉਦੋਂ ਜਦੋਂ ਏਦਾਂ ਸਮਝਦਾ ਬਹਿ ਕੇ। ਅੱਛਾ, ਮਾਈਂਡ ਡਿਵੈਲਪ ਹੋਣਾ ਸੀ, ਇਹ ਹੰਕਾਰੀ ਹੋ ਗਿਆ। ਮੈਂ ਤੇ ਰੋਜ਼ ਗੁਰਦੁਆਰੇ ਜਾਂਦਾ ਯਾਰ, ਮੈਂ ਕਿਤੇ ਬਾਕੀ ਸੁੱਤੇ ਰਹਿੰਦੇ ਨੇ, ਮੈਂ ਤੇ ਰੋਜ਼ ਜਾਂਦਾ। ਇਹ ਸਗੋਂ ਡੈੱਡ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਹੀ ਦਰਸ਼ਨ ਕਰਦਾ, ਸਹੀ ਦਰਸ਼ਨ ਕਰਦਾ, ਅਕਲ ਆ ਜਾਂਦੀ। ਸਹੀ ਦਰਸ਼ਨ ਕਰਦਾ, ਜਿਹੜੇ ਤੁਹਾਡੇ ਚ ਵੀਰ, ਜਿੰਨੇ ਵੀ ਵੀਰ ਅਸਲੀ ਦਰਸ਼ਨ ਕਰਦੇ ਨੇ, ਭਾਵ ਸ਼ਬਦ ਨੂੰ ਪਹਿਲਾਂ ਪੜ੍ਹਦੇ ਨੇ, ਫਿਰ ਸ਼ਬਦ ਦੇ ਅਰਥ ਨੂੰ ਸਮਝਦੇ ਨੇ, ਫਿਰ ਰੋਜ਼ ਏਦਾਂ ਗੁਰੂ ਦੇ ਦਰਸ਼ਨ ਜਿਹੜੇ ਕਰਦੇ ਨੇ, ਉਹਨਾਂ ਨੂੰ ਅਕਲ ਆ ਗਈ। ਆ ਹੁਣ ਜਿਵੇਂ ਕਈ ਹੁਕਮਨਾਮੇ ਸਵੇਰੇ ਭੇਜਦੇ ਨੇ ਇੱਕ ਦੂਜੇ ਨੂੰ, ਕਈ ਫਿਰ ਪੜ੍ਹਦੇ ਵੀ ਨੇ, ਕਈਆਂ ਨੂੰ ਸ਼ੌਂਕ ਹੈ ਪੜ੍ਹਦੇ ਨੇ। ਜਦੋਂ ਪੜ੍ਹਦੇ ਨੇ ਰੋਜ਼ ਦਰਸ਼ਨ ਕਰਦਿਆਂ ਕਰਦਿਆਂ, ਹੁਣ ਕਈ ਨੌਜਵਾਨ ਹੈ ਨੇ, ਅਸਾਲਕ ਤੋਂ ਦੋ ਕੁ ਸਾਲ ਤੋਂ ਬੜੀ ਅਕਲ ਆ ਗਈ, ਪਹਿਲਾਂ ਪਤਾ ਹੀ ਨਹੀਂ ਸੀ। ਜਿਵੇਂ ਜਿਵੇਂ ਰੋਜ਼ ਪੜ੍ਹੀ ਜਾਂਦੇ ਨੇ, ਅਕਲ ਵਧੀ ਜਾਂਦੀ ਹੈ, ਗਿਆਨ ਵਧੀ ਜਾਂਦਾ। ਹੁਣ ਨਿਆਣਾ ਪੜ੍ਹਨ ਲੱਗਿਆ ਸੀ ਤੇ ਗੱਲ ਕੁਝ ਹੋਰ ਸੀ, ਹੁਣ ਪੰਜ ਚਾਰ ਸਾਲ ਪੜ੍ਹਦੇ ਨੂੰ ਹੋ ਗਏ, ਹੁਣ ਅੰਗਰੇਜ਼ੀ ਬੋਲਣ ਵੀ ਲੱਗ ਗਿਆ। ਪੜ੍ਹਨਾ ਵੱਡੀ ਚੀਜ਼ ਸੀ, ਸਮਝਣਾ ਵੱਡੀ ਚੀਜ਼ ਸੀ। ਧਰਮ ਜਗਤ ਵਿੱਚ ਗੁਰੂ ਨੂੰ ਸਮਝਣਾ ਦਰਸ਼ਨ ਹੈ, ਗੁਰੂ ਦਾ ਸਮਝਣਾ ਦਰਸ਼ਨ ਹੈ। ਇਹਨੂੰ ਦਰਸ਼ਨ ਕਹਿੰਦੇ ਨਹੀਂ। ਚਲੋ ਪੰਗਤੀ ਆਪਾਂ ਪੜ੍ਹਦੇ ਹੀ ਹਾਂ, ਸਤਿਗੁਰ ਨੂੰ ਸਭ ਕੋ ਵੇਖਦਾ, ਏਦਾਂ ਸਾਰੀ ਕੋਈ ਦੁਨੀਆ ਵੇਖਦੀ ਹੈ। ਜੇਤਾ ਜਗਤ ਸੰਸਾਰ, ਇਹ ਪੱਕੀ ਨੋਟ ਕਰ ਲਿਓ ਪੰਗਤੀ, ਸਭ ਨੂੰ ਯਾਦ ਹੈ। ਡਿੱਠੇ ਮੁਕਤ ਨਾ ਹੋਵਈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਚੰਮ ਦੀਆਂ ਅੱਖਾਂ ਨਾਲ ਏਦਾਂ ਵੇਖ ਕੇ ਕੋਈ ਮੁਕਤੀ ਨਹੀਂ ਹੁੰਦੀ। ਜਿੱਚਰ ਜਿੰਨਾ ਚਿਰ ਸ਼ਬਦ ਨਾ ਕਰੇ ਵਿਚਾਰ, ਜਿਹੜਾ ਬੰਦਾ ਏਦਾਂ ਨਹੀਂ ਵਿਚਾਰਦਾ, ਏਦਾਂ ਸ਼ਬਦ ਦੀ ਵਿਚਾਰ ਕੀ ਹੈ ਵੀ ਗੁਰੂ ਸਾਹਿਬ ਏਦਾਂ ਕਹਿੰਦੇ ਨੇ, ਓਏ ਮਨਾ ਕਮਲਿਆ ਤੂੰ ਕੀ ਕਰਤੂਤਾਂ ਕਰਨਾ ਹੈ, ਇਹਨੂੰ ਕਹਿੰਦੇ ਨੇ ਸ਼ਬਦ ਦੀ ਵਿਚਾਰ ਅੰਦਰ ਚੱਲ ਰਹੀ ਹੈ। ਜਿੰਨਾ ਚਿਰ ਤੇਰੇ ਅੰਦਰ ਇਹ ਨਹੀਂ ਚੱਲਦੀ ਸ਼ਬਦ ਦੀ ਵਿਚਾਰ, ਉਹਨਾਂ ਚਿਰ ਦਰਸ਼ਨ ਸਭ ਵੇਖਦੇ ਨੇ ਕਹਿੰਦੇ ਗੁਰੂ ਨੂੰ, ਪਰ ਏਦਾਂ ਵੇਖ ਕੇ ਮੁਕਤੀ ਨਹੀਂ ਹੁੰਦੀ। ਹੁਣ ਸਮਝ ਆਏਗੀ ਤੁਹਾਨੂੰ, ਜੇ ਇੱਦਾਂ ਮੁਕਤੀ ਹੁੰਦੀ ਹੈ, ਮਾਫ ਕਰਨਾ ਹਰਿਮੰਦਰ ਸਾਹਿਬ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਇੱਥੇ ਲੱਖਾਂ ਹੀ ਦੁਨੀਆ ਰੋਜ਼ ਆਉਂਦੀ ਹੈ। ਜੇ ਇੱਦਾਂ ਹੀ ਗੱਲ ਬਣਦੀ ਹੋਵੇ, ਪਰ ਜਿਹੜਾ ਦਰਸ਼ਨ ਕਰੇ ਆਨੰਦ 'ਚ ਹੋ ਜੇ, ਹੋ ਸਕਦਾ ਹੈ ਜਿਹੜਾ ਸਮਝਦਾ ਹੈ। ਆਹ ਜਦੋਂ ਆਪਾਂ ਇੱਦਾਂ ਬੈਠਦੇ ਹਾਂ ਨਾ, ਇੱਦਾਂ ਜਦੋਂ ਆਪਾਂ ਗੁਰਬਾਣੀ ਦੀ ਪੰਗਤੀ ਨੂੰ ਜਿਵੇਂ ਸਮਝ ਰਹੇ ਹਾਂ, ਬਸ ਇਹਨੂੰ ਕਹਿੰਦੇ ਨੇ ਦਰਸ਼ਨ। ਇਹ ਦਰਸ਼ਨ ਹੁੰਦੇ ਨੇ ਧਰਮ ਜਗਤ ਵਿੱਚ, ਸੁਣ ਕੇ ਹੁੰਦੇ ਨੇ ਦਰਸ਼ਨ। ਇਸ ਕਰਕੇ ਮਨ ਨੂੰ ਨਾ ਵਿਚਾਰ ਨੇ, ਮਨ ਮਨ ਕੀ ਚੀਜ਼ ਹੈ? ਮਨ ਦਾ ਕਿਹੜਾ ਕੋਈ ਆਪਣਾ ਰੂਪ ਹੈ, ਕੋਈ ਫੋਟੋ ਥੋੜ੍ਹਾ ਮਨ ਦੀ, ਮਨ ਦਾ ਕੋਈ ਆਪਣਾ ਰੂਪ ਨਹੀਂ, ਬਸ ਮਨ ਤੇ ਵਿਚਾਰ ਹੈ, ਬਸ ਵਿਚਾਰਾਂ ਨੂੰ ਵਿਚਾਰਾਂ ਨੇ ਬਦਲ ਦੇਣਾ। ਭਾਵ ਸਤਿਗੁਰਾਂ ਦੇ ਮਨ ਦੇ ਦਰਸ਼ਨ, ਗਿਆਨ ਦੇ ਦਰਸ਼ਨ, ਸਤਿਗੁਰਾਂ ਦੇ ਵਿਚਾਰਾਂ ਦੇ ਦਰਸ਼ਨ, ਸਤਿਗੁਰਾਂ ਦੇ ਮਨ ਦੇ ਦਰਸ਼ਨ ਨੇ, ਆਤਮਕ ਸਰੂਪ ਨੇ ਨਾ ਗੁਰੂ ਗ੍ਰੰਥ ਸਾਹਿਬ। ਹੁਣ ਵੇਖੋ, ਤੁਹਾਨੂੰ ਮੇਰੀ ਆਤਮਾ ਦੇ ਦਰਸ਼ਨ ਤੇ ਨਹੀਂ ਨਾ ਹੋ ਰਹੇ, ਮੇਰੇ ਮਨ ਦੇ ਦਰਸ਼ਨ ਥੋੜ੍ਹਾ ਹੋ ਰਹੇ ਨੇ, ਮੇਰੇ ਪ੍ਰਗਟ ਚਿੱਤਰ ਦੇ ਦਰਸ਼ਨ ਹੋ ਰਹੇ ਨੇ। ਜਿਹੜਾ ਮੇਰਾ ਮਨ ਹੈ ਉਹ ਗੁਪਤ ਚਿੱਤਰ ਹੈ, ਏਦਾਂ ਹੀ ਹੈ ਨਾ। ਤੁਹਾਡਾ ਜਿਹੜਾ ਆਹ ਹੈ, ਇਹ ਕੀ ਹੈ? ਇਹ ਪ੍ਰਗਟ ਚਿੱਤਰ, ਇੱਕ ਗੁਪਤ ਚਿੱਤਰ ਹੈ। ਲੇਖੇ ਗੁਪਤ ਚਿੱਤਰ ਹੀ ਮੰਗਦਾ ਹੈ ਵੀ ਐਂ ਕੀਤਾ ਸੀ, ਉੱਥੇ ਉਹ ਕੀਤਾ ਸੀ। ਜਿਹੜੇ ਗੁਪਤ ਚਿੱਤਰ ਬਣੇ ਹੋਏ ਨੇ ਹਰੇਕ ਬੰਦੇ ਦੇ ਅੰਦਰ ਹੀ, ਗੁਪਤ ਚਿੱਤਰ ਹੀ ਲੇਖੇ ਮੰਗਦੇ ਨੇ। ਹੁਣ ਕਿਸੇ ਨੂੰ ਕੀ ਪਤਾ ਵੀ ਤੂੰ ਕੀ ਕੀਤਾ ਹੈ, ਪਰ ਆਪਣੇ ਆਪ ਨੂੰ ਪਤਾ ਹੈ ਓਏ ਮਨਾ ਫਲਾਣੇ ਥਾਂ ਤੇ ਫਲਾਣੀ ਕਰਤੂਤ ਕੀਤੀ ਸੀ। ਇਹ ਗੁਪਤ ਚਿੱਤਰ ਹੈ, ਇੱਕ ਪ੍ਰਗਟ ਚਿੱਤਰ ਹੈ। ਤਨ ਪ੍ਰਗਟ ਚਿੱਤਰ ਹੈ, ਮਨ ਗੁਪਤ ਚਿੱਤਰ ਹੈ, ਤੇ ਲੇਖੇ ਕੌਣ ਮੰਗਦਾ? ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਧੱਕ ਹੈ। ਕਹਿੰਦੇ ਤੈਨੂੰ ਲੱਗਦਾ ਵੀ ਮੈਂ ਬਚ ਗਿਆ, ਕਿਹੜਾ ਕਿਸੇ ਨੂੰ ਪਤਾ ਲੱਗਿਆ ਵੀ ਬੂਹੇ ਵੀ ਬੰਦ ਸੀ, ਦੇਹ ਕਵਾੜ ਬੂਹਾ ਤੇ ਬੰਦ ਸੀ, ਅਨਕ ਪੜਦੇ ਮੈਂ। ਕਹਿੰਦੇ ਪੜਦੇ ਵੀ ਤੇ ਲੱਗੇ ਹੋਏ ਸੀ, ਪਰਦਾਰਾ ਸੰਗ ਫੱਕ ਹੈ। ਕਲੀਅਰ ਕਹਿ ਦਿੰਦਾ, ਅਰਥ ਇਦਾਂ ਹੀ ਹੈ, ਪਰਾਏ ਥਾਂ ਤੇ ਧੱਕੇ ਖਾਨਾ, ਖੇ ਖਾਨਾ, ਇੱਦਾਂ ਕਹਿ ਲਓ, ਕਲੀਅਰ ਕਹਿ ਦਿੰਦਾ, ਇੱਦਾਂ ਹੀ ਅਰਥ ਹੈ ਇਹਦਾ। ਪਰ ਤੈਨੂੰ ਇਹ ਲੱਗਦਾ ਹੈ ਵੀ ਕਿਸੇ ਨੂੰ ਨਹੀਂ ਪਤਾ ਲੱਗਾ, ਪਰ ਗੁਪਤ ਚਿੱਤਰ ਤੇ ਬਣ ਗਿਆ ਨਾ ਤੇਰੇ ਅੰਦਰ, ਤੈਨੂੰ ਤੇ ਪਤਾ ਹੈ।
ते जिन्ना चिर जिउंदा रहेगा इस गुप्त चित्र ने तेरा खेड़ा नहीं छड़ना, लेखे मंगदा रहेगा। गुप्त चित्र ने तेरा खेड़ा थोड़ा छड़ देना, ये लेखे मंगेगा। मेरा ख्याल आ गई पकड़ च गल, गुप्त चित्र की हुंदा है? होर कोई मोढ़िया ते नहीं बैठे जिवें आपां अज तक सुनदे आया, एक सज्जे मोढ़े ते बैठा, एक खब्बे ते बैठा, इदां हिसाब किताब इदां जे सुनदे रहे हां? ਇਹ ਨਹੀਂ, ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝੀਏ ਫਿਰ ਪਤਾ ਲੱਗਦਾ। ਗੁਪਤ ਚਿੱਤਰ ਵੇਖੋ, ਆਹ ਪ੍ਰਗਟ ਚਿੱਤਰ ਹੈ, ਤਨ ਸਾਡਾ ਮਨ ਹੈ ਜਿਹੜਾ ਉਹ ਗੁਪਤ ਚਿੱਤਰ ਹੈ। ਹੁਣ ਗੁਰੂ ਸਾਹਿਬ ਕੀ ਕਰਦੇ ਨੇ, ਸਤਿਗੁਰਾਂ ਦਾ ਜਿਹੜਾ ਮਨ ਹੈ, ਵਿਚਾਰ ਹੀ ਨੇ ਮਨ, ਉਹ ਸਾਡੇ ਕੋਲ ਹੈ, ਆਤਮਕ ਸਰੂਪ ਗੁਰੂ ਗ੍ਰੰਥ ਸਾਹਿਬ। ਸਤਿਗੁਰਾਂ ਜੇ ਕਿਸੇ ਦੇ ਦਰਸ਼ਨ ਕਰਨੇ ਹੋਣ ਬੰਦੇ ਦੇ ਅੰਦਰ ਦੇ, ਕਿਵੇਂ ਕਰਾਂਗੇ? ਉਹਦੇ ਵਿਚਾਰਾਂ ਤੋਂ ਪਤਾ ਲੱਗਦਾ। ਹੁਣ ਇੱਕ ਤੇ ਇਦਾਂ ਦਰਸ਼ਨ ਹੋ ਗਏ ਨਾ, ਬੰਦਾ ਇਦਾਂ ਵੇਖ ਲਿਆ, ਇੱਕ ਆਪਾਂ ਉਹਦੇ ਵਿਚਾਰ ਸੁਣੋ, ਚੋਰੀ ਜਾਂ ਗੁਪਤ ਜਾਂ ਕਦੇ ਮਿਲ ਕੇ ਉਹਦਿਆਂ ਵਿਚਾਰਾਂ ਤੋਂ ਪਤਾ ਲੱਗ ਜਾਂਦਾ ਵੀ ਅਸਲ ਕੀ ਹੈ। ਠੀਕ ਹੈ ਜੀ, ਤਨ ਤੇ ਨਹੀਂ ਰਿਹਾ ਗੁਰੂ ਸਾਹਿਬਾਂ ਦਾ ਸਾਡੇ ਕੋਲ, ਪਰ ਮਨ ਤੇ ਸਾਡੇ ਕੋਲ ਹੈ, ਵਿਚਾਰ ਤੇ ਸਾਡੇ ਕੋਲ ਹੈ ਨੇ। ਆਪਾਂ ਵਿਚਾਰਾਂ ਨੂੰ ਤੇ ਚੌਰ ਕਰਦੇ ਹਾਂ, ਗਿਆਨ ਨੂੰ ਮੰਨਦੇ ਹਾਂ ਗੁਰੂ। ਹੁਣ ਜੇ ਇਹ ਬਚਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਡੇ ਅੰਦਰ ਆ ਜਾਣ, ਸਾਡੇ ਗੁਪਤ ਚਿੱਤਰ ਜਿਹੜੇ ਬਣੇ ਨੇ ਇਹ ਠੀਕ ਹੋ ਜਾਣਗੇ। ਅੰਦਰੋਂ ਅਸੀਂ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ, ਜਦੋਂ ਪੰਜ ਪਿਆਰਿਆਂ ਸਾਹਮਣੇ ਆਉਣਾ ਕੀ ਹੁੰਦਾ ਹੈ, ਇੱਕ ਵਾਰੀ ਇਦਾਂ ਹੁੰਦਾ ਵੀ ਡਿਲੀਟ ਹੋ ਗਿਆ ਸਾਰਾ ਕੁਝ, ਕਿਉਂਕਿ ਮਾਫੀ ਹੋ ਗਈ, ਕਲੀਅਰ ਕਹਿ ਦਿੱਤਾ ਵੀ ਜੋ ਅੱਜ ਤੱਕ ਭੁੱਲਾਂ ਕੀਤੀਆਂ ਨੇ ਮਾਫ ਕਰ ਦਿਓ, ਅੱਗੇ ਤੋਂ ਮਾੜਾ ਨਾ ਕਰੇ। ਇਹ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਗਿਆ, ਇੱਕ ਵਾਰੀ ਡਿਲੀਟ ਹੋ ਜਾਂਦਾ ਉਹ ਗੁਪਤ ਚਿੱਤਰ, ਇਦਾਂ ਮਨ ਕਹਿੰਦਾ ਹੈ ਮਾਫੀ ਮਿਲ ਗਈ, ਪਰ ਜੇ ਅੱਗੇ ਤੋਂ ਨਾ ਕਰੇ, ਜੇ ਅੱਗੇ ਵੀ ਮੈਂ ਮੁੜ ਕੇ ਨਹੀਂ ਇਹ ਕੰਮ ਕਰਨਾ। ਇਸ ਕਰਕੇ ਗੁਪਤ ਚਿੱਤਰ ਦਾ ਕੀ ਕਰੀਏ, ਇਹਨੂੰ ਹੁਣ ਬੰਨੋ ਰੋਕੋ, ਤੇ ਨਹੀਂ ਤੇ ਭਾਈ ਤੂੰ ਖੰਡ ਪਾਠ ਕਰਾ ਲੈ, ਭਾਵੇਂ ਤੂੰ 101 ਖੰਡ ਪਾਠ ਕਰਾ ਲੈ, ਭਾਵੇਂ ਤੂੰ ਰੁਮਾਲੇ ਚੜਾਈ ਜਾ, ਭਾਵੇਂ ਵੱਡੇ ਤੋਂ ਵੱਡੇ ਤੋਂ ਵੱਡੇ ਬਾਬੇ ਦਾ ਸਿਰ ਤੇ ਹੱਥ ਰਖਾ ਲੈ, ਭਾਵੇਂ ਤੂੰ ਜੋ ਮਰਜ਼ੀ ਕਰ ਲੈ, ਗੁਪਤ ਚਿੱਤਰ ਤੇਰੇ ਅੰਦਰ ਨੇ, ਉਹਨਾਂ ਨੇ ਤੰਗ ਕਰਨਾ ਹੀ ਕਰਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਵਕੀਲ ਕਾਨੂੰਨ ਜਾਣਦਾ ਹੁੰਦਾ ਹੈ, ਜੱਜ ਤੇ ਫੈਸਲਾ ਸੁਣਾਉਂਦਾ ਹੈ, ਪਰ ਜਿੱਦਣ ਜੱਜ ਨੇ ਗਲਤੀ ਕਰ ਲਈ, ਕਟਹਿਰੇ 'ਚ ਜੱਜ ਵੀ ਪੇਸ਼ ਹੋਏਗਾ। ਭਾਵ ਗਿਆਨਵਾਨ ਵਕੀਲ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਾਨੂੰਨ ਕੀ ਹੈ, ਪਰ ਜੇ ਵਕੀਲ ਵੀ ਗਲਤੀ ਕਰੇਗਾ, ਭਾਵ ਜੇ ਕੋਈ ਜਾਣਕਾਰ ਹੋਵੇਗਾ ਉਹ ਵੀ ਗਲਤੀ ਕਰੇਗਾ, ਤੇ ਸਜ਼ਾ ਉਹਨੂੰ ਵੀ ਮਿਲੇਗੀ। ਜੇ ਮੇਰਾ ਕੋਈ ਗੁਪਤ ਚਿੱਤਰ ਹੈ ਤੇ ਸਜ਼ਾ ਮੈਨੂੰ ਵੀ ਮਿਲੇਗੀ। ਪਰਮਾਤਮਾ ਦਾ ਕਾਨੂੰਨ ਰੱਬੀ ਪੱਕਾ ਹੈ, ਉਹ ਬਖਸ਼ਦਾ ਨਹੀਂ ਕਿਸੇ ਨੂੰ, ਕਿਸੇ ਨੂੰ ਨਹੀਂ ਬਖਸ਼ਦਾ। ਇਲਾਜ ਕੀ ਹੈ ਫਿਰ ਇਹਦਾ? ਬਣਨਾ ਦਿਓ ਗੁਪਤ ਚਿੱਤਰ ਸਹੀ ਹੋਣ। ਜਿੱਦਾਂ ਆਪਾਂ ਹੁਣ ਵੇਖੋ, ਸਹੀ ਵੀ ਹੈਗੇ ਨੇ, ਬਣਿਆ ਦੇ ਚਿੱਤਰ ਬਣੇ ਹੋਏ ਨੇ, ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਨਿਤਨੇਮ ਨਹੀਂ ਛੱਡਿਆ, ਬਾਣੀ ਪੜ੍ਹਦੇ ਰਹੇ ਹਾਂ, ਧੋਖਾ ਨਹੀਂ ਕੀਤਾ, ਠੱਗੀਆਂ ਨਹੀਂ ਕੀਤੀਆਂ, ਇਹ ਚੰਗੇ ਚਿੱਤਰ ਵੀ ਬਣੇ ਹੋਏ ਨੇ। ਕਈਆਂ ਦੇ ਦੂਜੇ ਜ਼ਿਆਦਾ ਹਾਵੀ ਹੋ ਗਏ, ਕੰਮ ਜ਼ਿਆਦਾ ਹੋ ਗਿਆ, ਉਹ ਸਟ੍ਰੈਸ ਵਿੱਚ ਜ਼ਿਆਦਾ ਰਹਿੰਦੇ ਨੇ, ਉਹਨਾਂ ਦਾ ਜਿਹੜਾ ਮੱਥਾ ਹੈ ਇਹ ਘੁੱਟਿਆ ਘੁੱਟਿਆ ਰਹਿੰਦਾ। ਮਨ ਦੀ ਕੁਰੂਪਤਾ ਚਿਹਰੇ ਤੇ ਆ ਗਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਮਨ ਦਾ ਹੀ ਰੂਪ ਹੈ ਨਾ, ਮਨ ਦੀ ਕੁਰੂਪਤਾ ਉਹਨਾਂ ਦੀ ਚਿਹਰੇ ਤੇ ਆਈ ਜਾਣੀ। ਬਸ ਜਿਹੜਾ ਅੰਦਰੋਂ ਰੂਪਵਾਨ ਹੋ ਗਿਆ, ਅੰਦਰਲੀਆਂ ਗੰਢਾਂ ਖੋਲ ਲਈਆਂ ਜਿਹਨੇ, ਸਹੀ ਕਰ ਲਿਆ, ਉਹ ਬਾਹਰੋਂ ਵੀ ਸੋਹਣਾ ਲੱਗੀ ਜਾਏਗਾ। ਨੌਜਵਾਨ ਵੀਰੋ, ਨਾ ਕੋਈ ਕਰੀਮਾਂ ਕਰੂਮਾਂ ਦੀ ਲੋੜ ਹੀ ਨਹੀਂ ਪੈਣੀ, ਏਦਾਂ ਹੀ ਸੋਹਣਾ ਲੱਗੇਗਾ, ਫੱਬਣ ਲੱਗ ਜਾਏਗਾ। ਤੂੰ ਰਹਿਣ ਦੇ ਕਾਲਾ ਕੋਈ ਫਿਕਰ ਨਹੀਂ ਵੀ ਤੂੰ ਕਾਲਾ ਹੈ, ਕੋਈ ਪਰਵਾਹ ਨਹੀਂ, ਪਰ ਇੱਕ ਖੇੜਾ ਜਿਹਾ ਆ ਜਾਏਗਾ, ਕਾਲਾ ਵੀ ਸੋਹਣਾ ਲੱਗੇਗਾ, ਕਾਲਾ ਹੋਏਗਾ ਪਰ ਲੱਗੇਗਾ ਸੋਹਣਾ। ਫਿਕਰ ਨਾ ਕਰ ਵੀ ਮੇਰੀ ਲੱਤ ਨਹੀਂ ਠੀਕ, ਮੇਰੀ ਬਾਂਹ ਨਹੀਂ ਠੀਕ, ਮੇਰਾ ਕੱਦ ਨਹੀਂ, ਮੇਰਾ ਇੱਦਾਂ ਨਹੀਂ, ਨਾ ਪਿਆਰਾ ਲੱਗੇਗਾ ਜੇ ਮਨ ਪਿਆਰਾ ਬਣ ਗਿਆ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੇ ਹੁਣ ਅੰਦਰਲਾ ਰੂਪ ਮਿਲ ਜਾਏ ਨਾ, ਵੇਖੋ ਪਰਮਾਤਮਾ ਦੇ ਵਿੱਚ ਆਪਣਾ ਮਨ ਸੀਤਾ ਗਿਆ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਫਿਰ ਅੱਗੇ ਜੀ ਤਾਂ ਕਿ ਰੂਪ ਨਾ ਕਥਨੇ ਜਾਹੇ, ਬਹੁਤਾ ਰੂਪ
दसिया नहीं जा सकता। ये जिहड़ा अंदरला मन है ध्यान च रखियो, तन का जिवें ब्यूटी पार्लर हुंदा है बाहर तन का, इदां मन का ब्यूटी पार्लर बड़ा की है जिथे मन सोहना बनता है। सही सुंदर सोहने साध संग जिन बहने, यह मन सोहना कित्थे बनता फिर सतसंग विच। यह है असली तीर्थ जिथे मन सोहना बन जाता। इत्थे यह मन का ब्यूटी पार्लर है, इदां कह लो सतसंग जिथे मन ते लोड़ ते मन नू सोहना करन दी है। बाकी आलियां च ना आए चमड़ी ते क्रीमा कसा लो जी, इदां कर लो जी, इदां कर लो, ऐं कर लो, ते करके फिर की बनिया। जे मन ही नहीं सोहना कोई नहीं चंगा कहिंदा। मन दी गल है सारी, विचार किदां दे ने, तन ते ठीक है मन किदां है, सूरत ते ठीक है सीरत किदां है, सीरत सूरत सीरत, तन ठीक है मन भी सोहना होवे। ये मन है जेड़ा, ये सच्चे पातशाह कृपा करदे ने भाई, इत्थे कड़िया जांदा है।